ਹਾਂਜੀ ਸਟੂਡੈਂਟ ਵੈਲਕਮ ਟੂ ਆਲ ਆਫ ði ਸਵਾਗਤ ਹੈ ਤੁਹਾਡਾ ਆਪਣੇ ਚੈਨਲ ਐਮਐਸਡਬਲਿ ਸਟੱਡੀ ਦੇ ਵਿੱਚ ਔਰ ਪੀਟ੍ਰਿਪਲ ਐਸਬੀ ਵੱਲੋਂ ਇੱਕ ਜਿਹੜਾ ਨੋਟਸ ਅੱਜ ਹੀ ਜਾਰੀ ਕੀਤਾ ਗਿਆ ਇਸ ਨੋਟਸ ਦੇ ਵਿੱਚ ਕੀ ਲਿਖਿਆ ਗਿਆ ਬਹੁਤ ਸਾਰੇ ਦੇ ਐਗਜ਼ਾਮ ਜਿਹੜੇ ਅੱਗੇ ਚਲੇ ਗਏ ਹੈਗੇ ਆ ਸੋ ਉਸ ਬਾਰੇ ਆਪਾਂ ਗੱਲ ਕਰਾਂਗੇ ਪ੍ਰੋਪਰ ਨੋਟਸ ਬਾਰੇ ਕਿਹੜੀਆਂ ਪੋਸਟਾਂ ਦੀ ਗੱਲ ਹੋ ਰਹੀ ਹੈ ਇੱਥੇ ਚੈਨਲ ਤੇ ਨਵੇਂ ਹੈਗੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਕੰਗ ਦਾ ਬਟਨ ਦਬਲੋ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਦੀ ਸਰਕਾਰੀ ਨੌਕਰੀ ਨਾਲ ਸੰਬੰਧ ਕਿਸੇ ਵੀ ਤਰ੍ਹਾਂ ਦੀ ਨੌਕਰੀ ਪੰਜਾਬ ਚ ਨਿਕਲਦੀ ਹੈ ਉਹਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਜੀਕੇ ਦੀਆਂ ਕਲਾਸਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਚੱਲਦੀਆਂ ਹੈਗੀਆਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਗਜ਼ਾਮ ਦੀ ਤਿਆਰੀ ਬਿਲਕੁਲ ਫ੍ਰੀ ਤਿੱਕੇ ਨਾਲ ਵੀ ਕਰਾਈ ਜਾਂਦੀ ਹੈ ਚਲੋ ਜੀ ਇਹ ਜਿਹੜਾ ਜਨਤਿਕ ਨੋਸਟਾ ਤੁਸੀਂ ਦੇਖ ਸਕਦੇ ਹੋ ਕਹਿੰਦੇ ਵੀ ਇਹ ਦੀਨਸਵਾਨ ਚੋੜਬੜਾ ਦਿੱਤਾ ਗਿਆ ਇੱਕ ਇਸ਼ਤਿਹਾਰ ਨੰਬਰ ਸੀ 15 ਆਫ 2022 ਇਹ ਕਹਿੰਦੇ ਕਲਰਕ ਲੇਖਾ ਤੇ ਕਲਰਕ 80 ਦੀਆਂ ਅਸਾਮੀਆਂ ਦੀ ਟਾਈਪ ਟੈਸਟ ਦੀ ਪ੍ਰੀਖਿਆ ਹੋਣੀ ਸੀ 28 6 2000 ਤੀਨ ਨੂੰ ਲਈ ਜਾਣੀ ਸੀ ਠੀਕ ਹੈ ਇਹ ਪ੍ਰੀਖਿਆ ਅਗਲੇਰੇ ਹੁਕਮਾਂ ਤੱਕ ਕਹਿੰਦੇ ਮੁਲਤਵੀ ਕਰ ਦਿੱਤੀ ਗਈ ਹੈ ਇੱਕ ਤਾਂ ਨੰਬਰ ਇਹ ਚੀਜ਼ ਯਾਦ ਰੱਖ ਲਿਓ ਠੀਕ ਹੈ ਜਿਨ੍ਹਾਂ ਦਾ ਪਹਿਲਾਂ ਟੈਸਟ ਹੋਇਆ ਉਹਨਾਂ ਦੀ ਟਾਈਪਿੰਗ ਟੈਸਟ ਹੋਣਾ ਸੀ ਦੂਸਰੀ ਗੱਲ ਕਹਿੰਦੇ ਉਪਰੋਕਤ ਤੋਂ ਇਲਾਵਾ ਇਸ਼ਤਿਹਾਰ ਨੰਬਰ 1 ਹੋਰ ਹੈ 15 ਆਫ 2022 ਉਹ ਵੀ ਸੇਮ ਹੈ ਤੇ ਕਹਿੰਦੇ ਕਲਰਕ ਆਈਟੀ ਅਤੇ ਕਲਰਕ ਲੇਖਾ ਦੇ ਸਮੂਹ ਦੁਆਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਪ੍ਰੀਖਿਆ ਸੰਬੰਧੀ ਅਗਲੇਰੀ ਸੂਚਨਾ ਬੋਰਡ ਦੀ ਵੈਬਸਾਈਟ ਤੇ ਪਾ ਦਿੱਤੀ ਹੈਗੇ ਅਪਲੋਡ ਕੀਤੀ ਹੈਗੇ ਇਸ ਲਈ ਸਮੇਂ-ਸਮੇਂ ਤੇ ਵੈਬਸਾਈਟ ਚੈੱਕ ਕਰਦੇ ਰਹਿਣ ਠੀਕ ਹੈ ਤਾ ਇਸ ਦੀ ਜਿਹੜੀ ਪ੍ਰੀਖਿਆ ਸੰਬੰਧੀ ਅਗਲੇਰੀ ਸੂਚਨਾ ਨੈਕਸਟ ਪਾ ਦਿੱਤੀ ਜਾਏਗੀ ਉਹਦੀ ਵੇਟ ਕਰਨੀ ਪੈਗੀ ਤੁਹਾਨੂੰ ਠੀਕ ਹੈ ਤਾਂ ਬਿਲਕੁਲ ਫਰੈਸ਼ ਨੋਟਿਸ ਹੈਗਾ 26 6 2023 ਦਾ ਔਰ ਜਾਣਕਾਰੀ ਵਧਿਲੇ ਕੇ ਲਾਈਕ ਕਰੋ ਸ਼ੇਅਰ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਵੀ ਅਗਲੇ ਸასიਆ ਕਾ